देने वाला मामला सामने आया जिथे थाने दे बाहर एक व्यक्ति दे वल्लों खुद नूं अग लगा गई है, जिस तों बाद पुलिस प्रशासन नूं भाजड़ा पै गई है ते परिवार ने काफ़ी हंगामा किया है। पीड़ित की पत्नी नूं जबरदस्ती गलत काम विच शामिल किया जा रहा है। पीड़ित परिवार ने इंसाफ लई भड़क रहा है पर इंसाफ ना मिलिया ते पुलिस ने भी इस मामले नूं लै के गंभीर इल्जाम लगे ने। लंबे समय तो कार्रवाई की मांग कर रहे एक नौजवान वालों अपने आप नूं अग लगा के खुदकुशी करने की कोशिश की है, इस कारण उसकी हालत नाजुक बनी हुई है। ये खबर जिवे ही पीड़ित के परिवार मैंबरों नूं पता लगती है तो उन्होंने वालों थाना सिटी के सिविल हस्पताल कपूरथला के बाहर जम के रोस प्रदर्शन किया गया है, जेड़े इलाज पीड़ित ने खुद भी कई नाम लैके खुलासे किए ने। ਪੰਜੇ ਬੈਠੇ ਆ ਭਰ ਲਓ ਤੋ ਕਿੱਧਰ ਨੇ ਕਿਹਾ ਡਿਪਟੀ ਡਿਪਟੀ ਸਾਹਿਬ ਨੂੰ ਕਿਹਾ ਕਹਿੰਦੇ ਐਸ ਐਚ ਸਾਹਿਬ ਗਿਆ, ਐਸ ਐਚ ਸਾਹਿਬ ਦਬਕੇ ਮਾਰ ਕੇ ਭਜਾ ਦਿੰਦੇ ਤੁਹਾਡੇ ਵਿੱਚ ਕਹਿੰਦਾ ਉਲਟਾ ਉਹ ਸਾਨੂੰ ਕਹਿੰਦੇ ਤੇਰ ਕੇ ਧਮਕਿਆ ਦਿੰਦੇ ਤੇ ਕਹਦਾ ਦਿਖਾ ਸਾਹਿਬ ਦਿੱਤੀ ਭਾਅ ਗੱਡੀ ਨੰਬਰ ਵੀ ਦਿੱਤਾ ਜੇ ਘੇਰਦੇ ਆ। ਕਿਹੜਾ ਤੰਗ ਕਰਦਾ ਪਿਆ ਸੀ ਤੁਹਾਨੂੰ? ਅੱਜ ਸੁੱਖਾ ਭਾਅ ਜੀ ਤ੍ਰੇਨੂੰ ਜਤਿੰਦਰ ਸ਼ੇਰਾ ਪਰ ਇੱਕ ਹੋਰ ਸੀ ਨਾਲ ਉਹਦੇ ਕੋਈ ਅਤੇ ਸਾਰਾ ਸ਼ਹਿਰ ਗੁੱਗੂ ਦੀ ਸ਼ਹਿਰ 'ਤੇ ਹੁੰਦਾ ਪਿਆ ਜੀ, ਗੁੱਗੂ ਨਾਂ ਦੀ ਸ਼ਹਿਰ 'ਤੇ। ਕੌਣ ਜੀ? ਮਨੋਜ ਨਾਂ ਦੀ ਸ਼ਹਿਰ 'ਤੇ ਹੁੰਦਾ ਸਾਰਾ ਜੀ, थाने मरिया वा की सारा मामला मामला है रणजीत कौर रेनू मेरे को धंधा करवाउंदी हुंदी सी ਬੰਦੂ ਅਸਲੇ ਦੇ ਸਿਰ 'ਤੇ ਮੇਰਾ ਬੱਚਾ ਮੇਰੇ ਛੋਟਾ ਜਿਹਾ ਕੋਲ ਰੱਖ ਕੇ ਜਾਂ ਮੈਂ ਇਸ ਧੰਦੇ ਤੋਂ ਬਾਹਰ ਆਉਣਾ ਚਾਹੁੰਦੀ ਸੀਗੀ। ਮੇਰੇ ਬੰਦੇ ਨੇ ਮੇਰੇ ਨਾਲ ਸਟੈਂਡ ਲਿੱਤਾ, ਉਹਦਾ ਇਹੀ ਫਰਜ਼ ਸੀਗਾ ਮੇਰੇ ਨਾਲ ਸਟੈਂਡ ਲੈਂਦਾ ਮੈਨੂੰ ਇਸ ਧੰਦੇ ਤੋਂ ਬਾਹਰ ਕੱਢਦਾ। ਜੇ ਉਹਨੇ ਇਹ ਕੱਢਣਾ ਚਾਹਿਆ ਪਹਿਲਾਂ ਗੌਰਵ ਧੀਰ ਉਹਦੇ ਨਾਲ ਰਲ ਗਿਆ, ਇਹਨੇ ਪਰਚਾ ਨਹੀਂ ਕੱਟਿਆ। ਜੇ ਅਸੀਂ ਤਰਲੇ ਵਾਲਾ ਪਰਚਾ ਕਟਾਇਆ ਜਿਹੜਾ ਨਵਾਂ ਐਸ ਐਚ ਓ ਆ ਗਿਆ, ਦੋ ਘੰਟੇ ਉਹਨੇ ਰੈਨੂ ਨੂੰ ਅੰਦਰ ਮਾਰ ਗਿਆ, ਅੱਜ ਰੈਨੂ ਦਾ ਹੋ ਗਿਆ ਐਸ ਐਚ ਓ। ਮੈਨੂੰ ਗਾਲਾਂ ਕੱਢੀ ਐਸ ਐਚ ਓ ਨੇ, ਐਸ ਐਚ ਓ ਨੇ ਗਾਲਾਂ ਕੱਢ ਕੇ ਕਹਿੰਦਾ ਜਾ ਮਰ ਜਾ ਸਿੱਧੇ ਮਰ ਰਿਹਾ। ਉੱਥੇ ਰਣਜੀਤ ਕੌਰ ਇਹਨੂੰ ਹੋਲਾ ਜੇਰੀਆਂ ਦਿੱਤੀਆਂ, ਸੁੰਦਰ ਨਗਰ ਮੇਰੇ ਕਾਰਨ ਦੇ ਪਿੱਛੇ ਲੱਗਿਆ ਗੱਡੀ ਲੈ ਕੇ ਵਿਦਾਊਟ ਉਹਦੇ ਤੋਂ ਪ੍ਰੂਫ ਕਢਾ ਸਕਦੇ ਆ। ਉਹ ਪਿੱਛੇ ਲੱਗੇ ਉਹਨਾਂ ਨੇ ਉੱਥੇ ਤੇਲ ਪਾ ਕੇ ਤੇ ਅੱਗ ਲਾ ਤੇ ਉਹਨੂੰ ਸਾਰਾ ਸਾੜ ਦਿੱਤਾ, ਉਹ ਭੱਜਾ ਸੀ ਨੇ ਸਾੜੇ ਆਇਆ। ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਹੁਣ ਇਹਨਾਂ ਦੇ ਕਲੇਜਾਂ 'ਤੇ ਠੰਡ ਪੈ ਗਈ। ਹੁਣ ਇਹਨਾਂ ਨੇ ਕਿਹਾ ਮੇਰਾ ਬੰਦਾ ਮਰਦਾ ਜੋ ਕੁਛ ਹੁੰਦਾ ਇਹ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ, ਮਨੋਜ ਨਾਰ ਜ਼ਿੰਮੇਵਾਰ ਆ, ਰੇਨੂ ਰਣਜੀਤ ਕੌਰ ਰੇਨੂ ਦੀ ਗੈਂਗ ਜੁੰਮੇ ਆ ਰਿਹਾ। ਮੈਂ ਨਹੀਂ ਛੱਡਣਾ, ਮੈਂ ਇੱਥੇ ਹੀ ਬੈਠੀ ਹਾਂ, ਮੈਂ ਆਪਣੇ ਆਪ ਨੂੰ ਵੀ ਅੱਗ ਲਾਉਂਗੀ, ਮੈਂ ਆਪਣੇ ਬੱਚਾ ਵੀ ਮਾਰੂੰਗੀ। ਜੇ ਮੇਰੇ ਕੋਲ ਮਾਰਨਾ ਹੋਇਆ ਮੈਂ ਤਾਂ ਬੱਚੇ ਵੀ ਮਾਰੂੰਗੀ, ਆਪਣੇ ਆਪ ਨੂੰ ਵੀ ਅੱਗ ਲਾਉਂਗੀ। ਮੈਨੂੰ ਇਨਸਾਫ ਚਾਹੀਦਾ ਔਰ ਕੁਛ ਨਹੀਂ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਪੀੜਤ ਦੀ ਮਾਤਾ ਦਾ ਕਹਿਣਾ ਹੈ ਕਿ ਅਸੀਂ ਇਨਸਾਫ ਦੇ ਲਈ ਪੁਲਿਸ ਤੋਂ ਇਲਾਵਾ ਕੋਰਟ ਦਾ ਵੀ ਦਰਵਾਜ਼ਾ ਖਟਖਟਾਇਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਜਿਸ ਤੋਂ ਬਾਅਦ ਸਾਡੇ ਮੁੰਡੇ ਨੇ ਇਹ ਕਦਮ ਚੁੱਕ ਲਿਆ ਹੈ। ਪਤਾ ਨੂੰਹ ਨੂੰ ਪਤਾ ਸਾਰੀ ਗੱਲ ਦਾ, ਮੈਂ ਤੈਨੂੰ ਲੈ ਕੇ ਘਰੇ ਰਹਿੰਦੀ ਸੀਗੀ, ਉਹ ਤੜਕੇ ਆ ਕੇ ਨੂੰਹ ਨੂੰ ਲੈ ਜਾਂਦੀ ਸੀਗੀ, ਗਲਤ ਕੰਮ ਕਰਾਉਂਦੀ ਸੀ ਮੇਰੀ ਨੂੰਹਾਂ ਤੋਂ। ਕੌਣ? ਔਰ ਜਿਹੜੀ ਰੈਨੂ ਪਰਦਾ ਦੇਖੋ ਉਹ ਕਿੰਨੀ ਆਸ਼ਚਰਿਆਜਨਕ ਘਟਨਾ ਆ ਕਿ ਥਾਣੇ ਦੇ ਵਿੱਚ ਹੀ ਅੱਗ ਲੱਗ ਰਹੀ ਹੈਗੀ ਆ, ਉੱਥੇ ਬੰਦਾ 90% ਉਹਦੀ ਬਰਨ ਇੰਜਰੀ ਹੋ ਰਹੀ ਹੈਗੀ ਆ। ਇਟ ਮੀਨਸ ਕਿ ਪੁਲਿਸ ਦਾ ਕੋਈ ਕੰਟਰੋਲ ਨਹੀਂ ਥਾਣੇ ਦੇ ਉੱਤੇ, ਇਹਦਾ ਕਿਹਦੇ ਕੋਲ ਜਵਾਬ ਮੰਗੀ ਹੈ? ਹਲੇ ਤੱਕ ਮੈਂ ਹੈਰਾਨ ਹੈ ਕਿ ਨਾ SPD ਨਾ SSP ਸਾਹਿਬ, ਇੰਨਾ ਸੀਰੀਅਸ ਕੇਸ ਹੈ ਕਿ ਕੋਈ ਮੌਕੇ 'ਤੇ ਨਹੀਂ ਪਹੁੰਚਿਆ ਹੈਗਾ। ਇਹਦਾ ਮਤਲਬ ਉਹ ਵੇਟ ਕਰ ਰਹੇ ਆ ਕਿ ਕਦੋਂ ਬੰਦਾ ਮਰੇਗਾ ਅਤੇ ਉਹਨੂੰ ਅਸੀਂ 174 ਦੀ ਰਿਪੋਰਟ 'ਚ ਪਾ ਦਾਂਗੇ, ਜਿੱਦਾਂ ਕਿ ਅਕਸਰ ਕਪੂਰਥਲੇ ਦੇ ਵਿੱਚ ਹੁੰਦਾ ਹੈਗਾ। ਦੇਖੋ ਅਕਸਰ ਮੈਂ ਐਜ ਏ ਪਾਰਟੀ ਦਾ ਸਟੇਟ ਸੈਕਟਰੀ ਹਾਂ ਲੀਗਲ ਵਿੰਗ ਦਾ, ਐਜ ਐਨ ਐਡਵੋਕੇਟ ਹਾਂ। ਦੇਖੋ ਮੈਂ ਤਾਂ ਹਰ ਵਾਰੀ ਅਪੀਲ ਕਰਦਾ ਕਿ ਜਦੋਂ ਬੰਦਾ ਕੋਈ ਇੱਦਾਂ ਦੀ ਚੀਜ਼ ਜ਼ਿੰਦ ਕਰਦਾ, ਇਟ ਕੰਸੀਡਰ ਟੂ ਬੀ ਦਾ ਡਾਇੰਗ ਡੈਕਲਰੇਸ਼ਨ। ਡਾਇੰਗ ਡੈਕਲਰੇਸ਼ਨ 'ਚ ਕੀ ਕਿਹਾ ਜਾਂਦਾ ਕਿ ਮਰਨ ਵੇਲੇ ਜਿਹੜਾ ਬੰਦਾ ਜਿਸ ਇਲਜ਼ਾਮ ਲਈ ਕਹਿਣ ਆਵਿਆ, ਐਟਲੀਸਟ FIR ਟੂ ਬੀ ਰਜਿਸਟਰਡ ਔਨ ਦੋਜ਼ ਅਕਾਊਂਟਸ, ਕਿ ਬੰਦਾ ਮਰਨ ਹੀ ਲੱਗਾ, ਮਰ ਕੇ ਸੁਸਾਈਡ ਕਰਨ ਲੱਗਾ ਕਿਸੇ ਦੇ ਨਾਂ। ਇੱਕ ਹਿੰਦੀ ਦੀ ਪ੍ਰਵਰਬ ਮੈਂ ਕਿਤੇ ਸੁਣੀ ਸੀਗੀ ਕਿ ਹਰ ਸੁਸਾਈਡ ਦੇ ਪਿੱਛੇ ਨਜ਼ਰ ਨਹੀਂ ਆਉਂਦਾ ਹੁੰਦਾ, ਕਾਤਲ ਜ਼ਰੂਰ ਕੋਈ ਨਾ ਕੋਈ ਹੁੰਦਾ। ਇਹ ਯਾਦ ਰੱਖਿਓ, ਇਹ ਤੁਹਾਡੇ ਚੈਨਲਸ ਰਾਹੀਂ ਮੈਂ ਦੱਸ ਰਿਹਾ, ਇਨਵੈਸਟੀਗੇਟ ਕਰੋ। ਮੈਡਮ ਜਿਹੜਾ ਖੁਲਾਸਾ ਪਹਿਲਾਂ ਮੇਰੇ ਕੋਲ ਆਈ ਹੈ, ਉਹ ਨਾਮ ਦੱਸੇਗੇ ਮੇਰੇ ਕੋਲ ਆਈ ਹੈ, ਇਹ ਵੀ ਆਈ, ਛੋਟਾ ਬੱਚਾ ਚੁੱਕ ਕੇ ਲੈ ਕੇ ਆਈ, ਨਾਲ ਲੇਡੀ ਜਿਹੜੀ ਹੈ ਫੋਰਸਫੁਲ ਪ੍ਰੋਸਟੀਟਿਊਸ਼ਨ, ਜਿਹਦੀ ਡਿਊਟੀ ਕਹਿੰਦੇ ਗੌਰਵ ਨੇ ਧੀਰ ਨੇ ਲਗਾਈ ਸੀ, ਨਾਲ ਉਹ ਸੀਗੀ, ਨਾਲ ਇਹਦਾ ਹਸਬੈਂਡ ਸੀ। ਇਹਨਾਂ ਨੇ ਮੈਨੂੰ ਸਟੋਰੀ ਐਕਸਪਲੇਨ ਕੀਤੀ ਕਿ ਇਹ ਧੱਗਾ ਚੱਲਦਾ ਹੈਗਾ, ਰੇਨੂ ਅਤੇ ਮਨਸੂ ਚਲਵਾਉਂਦੇ ਨੇ। ਉਹ ਲੇਡੀ ਨੇ, ਕੁੜੀ ਨੇ ਮੈਨੂੰ ਐਕਸਪਲੇਨ ਕੀਤਾ
कि मैनू तंदे किसी ना गैर मर्द ना शरीरिक संबंधा लिए भेजा जाता बाद मेरे को कंप्लेट करा दी जाती है कराने तो बाद फिर मनसू तो रेनू बिच पै के पैसे लै लेंगे है राजीनामा करा देंगे हूँ लेकिन मैं इस धंधे चो बाहर निकलना चाहती हैगी तो मैं इस जो बंदे जिन्हें जिन्हों सुसाइड किया या जिंद कतल करने की कोशिश की गई है इन्हों समझाया कि तुम इमीजिएटली एस एस पी एक दरखास्त मूव करो तो एस एच ओ सिटी मूव करो ਉਹਦਾ ਜੋ ਰਿਜ਼ਲਟ ਹੁੰਦਾ ਤੁਸੀਂ ਮੈਨੂੰ ਦਵੋ ਤੇ ਮੈਂ ਪੈਰਵਾਈ ਕਰੂੰਗੀ ਮੈਡਮ ਤੁਸੀਂ ਅੱਜ ਹਸਪੀਟਲ ਵੀ ਆਏ ਤੇ ਕੀ ਕੰਡੀਸ਼ਨ ਹੈ ਤੁਸੀਂ ਡਾਕਟਰ ਨਾਲ ਗੱਲ ਵੀ ਕੀਤੀ ਤੇ ਪੇਸ਼ੈਂਟ 90% ਬਰਨ ਇੰਜਰੀਜ਼ ਆ ਟੋਟਲੀ ਅਨਫਿਟ ਟੂ ਸਪੀਕ ਹੈਗਾ ਵਾ ਔਰ ਮੈਨੂੰ ਲੱਗਦਾ ਵੀ ਸ਼ਾਇਦ ਡਿਲੇ ਇਸ ਕਰਕੇ ਕਰ ਰਹੇ ਹੈਗੇ ਨੇ ਪੁਲਿਸ ਡਿਪਾਰਟਮੈਂਟ ਵਾਲੇ ਤਾਂ ਕਿ ਇਹਨੂੰ ਸੁਸਾਈਡ ਟੂ ਅਟੈਂਪਟ 'ਚ ਕਨਵਰਟ ਕਰਨਾ ਚਾਹੁੰਦੇ ਹੈਗੇ ਅਦਰਵਾਈਜ਼ ਜੇ ਇਮੀਡੀਏਟਲੀ ਕਰਨ ਪਤਾ ਚੱਲ ਜੂਗਾ ਕਿ ਕੈਨੀ ਕੌਣ ਲੈ ਕੇ ਆਇਆ ਪੈਟਰੋਲ ਕੈਨੀ ਕਿਹਨੇ ਪੈਟਰੋਲ ਦੀ ਪਾਈ ਉੱਥੋਂ ਸੀ ਸੀ ਟੀ ਕੈਮਰੇ ਖੋਲ੍ਹੇ ਜਾ ਸਕਦੇ ਹੈਗੇ ਨੇ ਹਰ ਚੀਜ਼ ਦੇਖੀ ਜਾ ਸਕਦੀ ਹੈਗੀ ਹੈ ਰਵੀ ਗਿੱਲ ਨਾਮ ਦਾ ਲੜਕਾ ਹੈਗਾ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਅੱਜ ਸ਼ਾਮੀ ਵਾਪਰੀ ਹੈ ਥਾਣੇ ਸਿਟੀ ਕਪੂਰਥਲਾ ਦੇ ਬਾਹਰ ਉਹਨੇ ਆਪਣੇ ਆਪ ਨੂੰ ਅੱਗ ਜਿਹੜੀ ਲਗਾਈ ਗਈ ਹੈ ਅਤੇ ਉਹਨਾਂ ਦਾ ਇਹ ਸੀ ਹੁਣ ਪਤਾ ਲੱਗਿਆ ਸਾਰੀ ਇਨਵੈਸਟੀਗੇਸ਼ਨ ਅਸੀਂ ਮੌਕੇ 'ਤੇ ਆ ਗਏ ਸਾਰੇ ਆਫਿਸਰ ਇਹਨਾਂ ਨੂੰ ਇੱਥੋਂ ਲੜਕੇ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਅਸੀਂ ਮੌਕੇ ਤੋਂ ਹੈਲਪ ਡਾਕਟਰਾਂ ਦੀ ਸਾਰੀ ਮਦਦ ਦੇ ਕੇ ਹੋਸਪਿਟਲ ਅੰਮ੍ਰਿਤਸਰ ਲਈ ਰਵਾਨਾ ਕੀਤਾ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪਰਮਾਤਮਾ ਕਰੇ ਬਿਲਕੁਲ ਠੀਕ ਠਾਕ ਹੋਵੇ ਸਰ ਇਹ ਲੜਕੇ ਨੇ ਪਹਿਲਾਂ ਵੀ ਆਤਮ ਹੱਤਿਆ ਦਾ ਪ੍ਰਯਾਸ ਕੀਤਾ ਸੀ ਕੀ ਮਾਮਲਾ ਹੈ ਸਾਰਾ ਪਹਿਲਾਂ ਕੋਈ ਸ਼ਹਿਰ ਦੇ ਵਿੱਚ ਇੱਕ ਦੋ ਮੁਕੱਦਮੇ ਚੱਲ ਰਹੇ ਆ ਇਹ ਕਹਿ ਰਹੇ ਸੀ ਵੀ ਉਹਨਾਂ ਦੇ ਦੋਸ਼ੀ ਨਹੀਂ ਫੜੇ ਜਾ ਸਕਦੇ ਪਰ ਮੈਂ ਪਰਿਵਾਰ ਵਾਲਿਆਂ ਨੂੰ ਹੁਣ ਵੀ ਛੋਟੀ ਦਵਾਈ ਆ ਆਪ ਹੁਣ ਵੀ ਮੈਂ ਆਪ ਨੂੰ ਵੀ ਇਹ ਕਹਿ ਰਿਹਾ ਇਹ ਵਿਸ਼ਵਾਸ ਦਿਵਾਉਣਾ ਜਿਹੜੇ ਦੋਸ਼ੀ ਆ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਇਨਵੈਸਟੀਗੇਸ਼ਨ 'ਚ ਢਿੱਲ ਨਹੀਂ ਲਿਆਉਂਦੀ ਜਾ ਸਰ ਇਹਨੇ ਅੱਗ ਲਗਾਈ ਆ ਕਿ ਲਗਾਈ ਕਿਸੇ ਨੇ ਲਾਈ ਹੈਗੀ ਦੋਨੋਂ ਨਹੀਂ ਨਹੀਂ ਆਪਣੇ ਆਪ ਲਗਾਈ ਇਹਨਾਂ ਦਾ ਕਹਿਣਾ ਕਿ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਪਹਿਲੇ ਹੋ ਚੁੱਕੀ ਹੈ ਉਹਨਾਂ ਨੇ ਅੱਗ ਲਾਈ ਉਹਨਾਂ ਤੇਲ ਪਾ ਕੇ ਉਹਨਾਂ ਨੇ ਅੱਗ ਲਾਈ ਨਹੀਂ ਨਹੀਂ ਐਸ ਐਚ ਓ ਨੇ ਮੈਨੂੰ ਇਹ ਦੱਸਿਆ ਇਹਨੇ ਆਪਣੇ ਆਪ ਅੱਗ ਲਗਾਈ ਹੈ ਕੋਈ ਕਿਸੇ ਨੇ ਨਹੀਂ ਲਗਾਈ ਹੈਗੀ ਸਰ ਕੋਰਟ ਵੱਲ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਜਿੱਥੇ ਵੀ ਮੁਕੱਦਮਾ ਦਰਜ ਹੋਣ ਤੋਂ ਬਾਅਦ ਰੇਡ ਵੀ ਕੀਤੇ ਗਏ ਐਸ ਐਚ ਓ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਹੋ ਇਹਦੇ 'ਤੇ ਵੀ ਗੌਰ ਕਰਕੇ ਦੇਖਿਆ ਜਾਊਗਾ ਜੇ ਕਿਤੇ ਕੋਈ ਲੈਬਸ ਆ ਕੋਈ ਆਈ ਓ ਦੀ ਜਾਂ ਕਿਸੇ ਐਸ ਐਚ ਓ ਉਹਦੇ ਖਿਲਾਫ਼ ਵੀ ਐਕਸ਼ਨ ਲਿਆ ਜਾਊਗਾ ਸਰ ਲਿਖਤੀ ਸ਼ਿਕਾਇਤ ਵੀ ਉਹਨਾਂ ਨੇ ਕੀਤੀ ਸੀ ਐਸ ਐਸ ਪੀ ਨੂੰ ਇਸ ਬਾਰੇ ਜਿਹੜੀ ਲੜਾਈ ਦੀ ਘਟਨਾ ਹੋਈ ਔਰ ਉਹਦੇ ਵਿੱਚ ਇੱਕ ਐਸ ਆਈ 'ਤੇ ਆਰੋਪ ਵੀ ਲਗਾਏ ਸੀ 20,000 ਰੁਪਏ ਰਿਸ਼ਵਤ ਲੈਣ ਦੇ ਨਹੀਂ ਉਹ ਵੀ ਅੰਡਰ ਪ੍ਰੋਸੈਸ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਸੀ ਵੀ ਜੇ ਕੋਈ ਜਿਹੜਾ ਐਲੀਗੇਸ਼ਨ ਆ ਉਹਨੂੰ ਬਿਲਕੁਲ ਫੇਅਰਲੀ ਡੀਪਲੀ ਅਸਲ ਤੱਥਾਂ ਦੇ ਆਧਾਰ 'ਤੇ ਉਹਨੂੰ ਚੈੱਕ ਕੀਤਾ ਜਾ ਰਿਹਾ ਜੇ ਕੋਈ ਇਹੋ ਜਿਹੀ ਰੈਲੇਵੈਂਟ ਰਿਕਾਰਡ ਜਾਂ ਰੈਲੇਵੈਂਟ ਗੱਲ ਸਾਹਮਣੇ ਆਊਗੀ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਊਗਾ